ਅੱਜ ਅਸੀਂ ਦਸੂਆ ਬਲੋਕ 'ਚ ਸਾਡੇ ਵੀਡੀਓਜ਼ ਜੇਈ ਔਰ ਸੈਕਟਰੀ ਸਾਹਿਬਾਨ ਨਾਲ ਮੀਟਿੰਗ ਸੀਗੀ। ਐਕਚੁਲੀ ਅਸੀਂ ਸਟਾਰਟ ਕੀਤਾ ਬਹੁਤ ਦੇਰ ਤੋਂ, ਐਕਚੁਲੀ ਜਿਹੜਾ 21 ਔਰ 22 ਦੇ ਜਿਹੜੇ ਲੋਕ ਨਿਰਮਾਣ ਦੇ ਕੰਮ ਆ, ਇਹ ਤੋਂ ਪਹਿਲਾਂ ਮੈਂ 3 ਬਲੋਕਸ ਦੇ ਵਿੱਚ ਜਿਹੜਾ ਉਹ ਜਾ ਚੁੱਕੀ ਹਾਂ, ਲੋਕ ਨਿਰਮਾਣ ਦੇ ਕੰਮਾਂ ਦਾ ਜਾਇਜ਼ਾ ਲੈਣਾ, ਉਹਨਾਂ ਦੀ ਮੋਨੀਟਰਿੰਗ, ਕਿੰਨਾ ਉਹ ਗਰਾਊਂਡ 'ਤੇ ਕੰਮ ਜਿਹੜਾ ਡਨ ਹੋ ਗਿਆ, ਕਿੰਨਾ ਪੈਂਡਿੰਗ ਆ, ਉਹਦਾ ਅਸੀਂ ਸਾਰਾ ਜਿਹੜਾ ਉਹ ਜਾਇਜ਼ਾ ਲੈਣ ਲਈ ਅੱਜ ਸਾਡੀ ਜਿੰਨੀ ਵੀ ਟੀਮ ਸੀਗੀ ਪ੍ਰਸ਼ਾਸਨਿਕ ਉਹ ਸਾਰੀ ਆਈ ਆ। ਬਹੁਤ ਸਾਰੇ ਕੰਮ ਜਿਹੜੇ ਆ ਅਸੀਂ ਗੋ ਥਰੂ ਹੋਏ ਹਾਂ ਸੈਕਟਰੀ ਸਾਹਿਬਾਨ ਦੇ ਥਰੂ, ਸਾਡੇ ਵੀਡੀਓਜ਼ ਦੇ ਥਰੂ। ਬਹੁਤ ਸਾਰੇ ਕੰਮਾਂ ਤੋਂ ਮੈਂ ਸੈਟਿਸਫਾਈ ਵੀ ਹਾਂ, ਬਹੁਤ ਸਾਰੇ ਕੰਮ ਜਿਹੜੇ ਹੈਗੇ ਆ ਉਹ ਮੈਨੂੰ ਧਰਾਤਲ 'ਤੇ ਇੱਦਾਂ ਲੱਗ ਰਿਹਾ ਕਿ ਕਿਤੇ ਚੀਜ਼ਾਂ ਮਿਸਮੈਚ ਵੀ ਹੈਗੀਆਂ। ਸੋ ਮੈਂ ਇੱਕੋ ਹੀ ਸੰਦੇਸ਼ ਦੇਣਾ ਚਾਹੂੰਗੀ, ਅਸੀਂ ਚੰਗੀ ਗੌਰਮੈਂਟ ਦਾ, ਅੱਛੀ ਗਵਰਨਰਸ ਦਾ, ਆਪਣੇ ਸਾਰੇ ਜਿੰਨੇ ਵੀ ਸਾਡੇ ਇਸ ਦਸੂਏ ਦੇ ਔਰ ਸਾਡੇ ਜ਼ਿਲ੍ਹੇ ਦੇ ਜਿੰਨੇ ਵਾਸੀ, ਉਹਨਾਂ ਨਾਲ ਚੰਗੀ ਗੌਰਮੈਂਟ ਦਾ ਵਾਅਦਾ ਕੀਤਾ ਸੀਗਾ, ਉਸ ਵਾਅਦੇ 'ਤੇ ਖਰੇ ਉਤਰਦਿਆਂ ਹੋਇਆਂ ਅਸੀਂ, ਸਾਡੀ ਕੋਸ਼ਿਸ਼ ਆ ਕਿ ਜਿੰਨਾ ਵੀ ਪੈਸਾ ਡਿਵੈਲਪਮੈਂਟ ਦਾ, ਚਾਹੇ ਉਹ ਕੰਢੀ ਏਰੀਏ ਲਈ ਆ, ਚਾਹੇ ਉਹ ਸਾਡੇ ਲੋਕ ਨਿਰਮਾਣ ਦੇ ਥਰੂ ਪਿੰਡਾਂ ਔਰ ਪੰਚਾਇਤਾਂ ਦੇ ਵਿਕਾਸ ਲਈ ਆਇਆ, ਉਹ ਇੱਕ ਇੱਕ ਰੁਪਈਆ ਜਿਹੜਾ ਗਰਾਊਂਡ 'ਤੇ ਬਿਲਕੁਲ ਧਰਾਤਲ 'ਤੇ ਉਹ ਇਮਾਨਦਾਰੀ ਦੇ ਨਾਲ ਲੱਗੇ, ਕੰਮ ਸਾਰੇ ਟਾਈਮ ਦੇ ਨਾਲ ਹੋਣ, ਕੀਤੇ ਹੋਏ ਕੰਮਾਂ ਦੀ ਕੁਆਲਿਟੀ, ਉਹਨਾਂ ਦਾ ਜਿਹੜਾ ਜਾਇਜ਼ਾ ਹੈਗਾ ਉਹ ਮੈਂ ਖੁਦ ਜਿਹੜਾ ਚੈੱਕ ਕਰਨ ਵਾਸਤੇ ਗਰਾਊਂਡ 'ਤੇ ਹਾਂ। ਕਿਉਂਕਿ ਪ੍ਰੋਬਲਮ ਕੀ ਆ, ਮੇਰੀਆਂ ਪਹਿਲਾਂ ਵੀ ਮੀਡੀਆ ਸਾਥੀਆਂ ਦੇ ਨਾਲ ਜਦੋਂ ਲਾਸਟ ਮੇਰੇ ਬਲੋਕਸ ਦੇ ਵਿੱਚ ਮੀਟਿੰਗ ਹੋਈਆਂ, ਮੈਂ ਇੱਕ ਗੱਲ ਕਹੀ ਸੀਗੀ, ਤਕਲੀਫ ਹੁੰਦੀ ਹੈ ਚੀਜ਼ ਨੂੰ ਦੇਖ ਕੇ ਕਿ ਕਾਗਜ਼ਾਂ 'ਚ ਕਰੋੜਾਂ ਰੁਪਇਆਂ ਦੇ ਜਿਹੜੇ ਫੰਡਸ ਨੇ ਉਹ ਡਿਵੈਲਪਮੈਂਟ ਵਾਸਤੇ ਆਉਂਦੇ ਆ, ਕਰੋੜਾਂ ਰੁਪਈਆਂ ਦੇ ਫੰਡ ਜਿਹੜੇ ਆ ਉਹ ਲੱਗੇ ਵੀ ਦਰਸਾਏ ਜਾਂਦੇ ਕਾਗਜ਼ਾਂ 'ਚ, ਲੇਕਿਨ ਉਹ ਜ਼ਮੀਨੀ ਹਕੀਕਤ 'ਤੇ ਜਦੋਂ ਨਜ਼ਰ ਨਹੀਂ ਆਉਂਦੇ, ਸੋ ਇੱਕ ਵੱਡਾ ਇਸ਼ੂ ਸੀਗਾ। ਸੋ ਮੈਂ ਇੱਕ ਇਨੀਸ਼ੀਏਟਿਵ ਲਿਆ ਹੈਗਾ ਕਿ ਜਿਹੜਾ ਸਿਰਫ ਅਸੀਂ ਆਪਣੇ ਏਸੀ ਰੂਮ 'ਚ ਬੈਠ ਕੇ ਕਾਗਜ਼ਾਂ 'ਤੇ ਸਾਈਨ ਕਰਕੇ ਕਿ ਕੰਮ ਡਨ ਹੋ ਗਿਆ, ਉਹਦੇ ਨਾਲ ਉਹ ਬੈਟਰ ਆ ਕਿ ਅਸੀਂ ਸਾਰੇ ਸੈਕਟਰੀ ਸਾਹਿਬਾਨ ਦੇ ਨਾਲ ਵੀਡੀਓਜ਼ ਦੇ ਨਾਲ ਗਰਾਊਂਡ 'ਤੇ ਨਿਕਲੀਏ ਔਰ ਕੀਤੇ ਹੋਏ ਕੰਮਾਂ ਨੂੰ ਜਿਹੜਾ ਉਹ ਮੋਨੀਟਰ ਕਰੀਏ। ਸੋ ਉਸੇ ਹੀ ਸੰਦਰਭ 'ਚ ਅੱਜ ਸਾਡੀ ਮੀਟਿੰਗ ਵੀ ਸੀਗੀ। ਮੈਂ ਗੁਜ਼ਾਰਿਸ਼ ਵੀ ਕੀਤੀ ਆ ਸਾਡੇ ਜਿੰਨੇ ਵੀ ਸੈਕਟਰੀ ਸਾਹਿਬਾਨ ਆ ਵੀਡੀਓਜ਼ ਦਾ, ਕਿਉਂਕਿ ਇੱਕ ਹੈਲਦੀ ਕੋਆਰਡੀਨੇਸ਼ਨ ਦੀ ਜ਼ਰੂਰਤ ਆ, ਇੱਕ ਹੈਲਦੀ ਟੀਮ ਵਰਕ ਦੀ ਜ਼ਰੂਰਤ ਆ। ਜਦੋਂ ਹਰੇਕ ਬੰਦਾ, ਕਿਉਂਕਿ ਇਹ ਚੀਜ਼ਾਂ ਗਰਾਊਂਡ ਤੋਂ ਸ਼ੁਰੂ ਹੁੰਦੀਆਂ, ਸਰਪੰਚ ਦੇ ਨਾਲ, ਪੰਚਾਇਤ ਸੈਕਟਰੀਜ਼, ਉਸ ਤੋਂ ਬਾਅਦ ਸਾਡੇ ਵੀਡੀਓਜ਼ ਆ ਗਏ, ਉਸ ਤੋਂ ਬਾਅਦ DDO ਆ ਗਿਆ, ਉਸ ਤੋਂ ਬਾਅਦ ਸਾਡੇ DC ਡਿਵੈਲਪਮੈਂਟ ਆ ਗਏ, ਤਾਂ ਸਾਰੀ ਟੀਮ ਜਿਹੜੀ ਉਹ ਮਿਲ ਕੇ ਕੰਮ ਕਰੇਗੀ, ਅਤੇ ਮੈਨੂੰ ਲੱਗਦਾ ਕਿ ਅਸੀਂ ਆਪਣੇ ਜ਼ਿਲ੍ਹੇ ਨੂੰ, ਆਪਣੇ ਪਿੰਡਾਂ ਨੂੰ ਬਹੁਤ ਸੋਹਣਾ ਬਣਾ ਸਕਦੇ ਹਾਂ। ਸੋ ਮੀਡੀਆ ਦੇ ਥਰੂ ਇੱਕ ਹੋਰ ਜਾਣਕਾਰੀ ਦੇਣਾ ਚਾਹੂੰਗੀ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜਾ ਵੀ ਪੰਚਾਇਤੀ ਰਾਜ ਦਾ ਜਾਂ ਪੰਚਾਇਤਾਂ ਲਈ ਫੰਡ ਸੀਗਾ, ਇੱਕ ਫਿਗਰ ਦੇ ਦਿੱਤੀ ਜਾਂਦੀ ਸੀ, ਮੈਨੂੰ ਲੱਗਦਾ ਸੀ ਉਹ ਪੈਸਾ ਕਿਤੇ ਨਾ ਕਿਤੇ ਥੋਪਿਆ ਜਾਂਦਾ ਸੀਗਾ। ਅੱਜ ਦੀ ਡੇਟ 'ਚ ਮਾਨ ਗੌਰਮੈਂਟ ਨੇ, ਪੰਜਾਬ ਗੌਰਮੈਂਟ ਨੇ ਬਹੁਤ ਅੱਛਾ ਇੱਕ ਇਨੀਸ਼ੀਏਟਿਵ ਲਿਆ ਕਿ ਅਸੀਂ ਜ਼ਿਲ੍ਹਾ ਯੋਜਨਾ ਬੋਰਡ ਨੇ DCs ਨੂੰ ਕਿਹਾ ਕਿ ਸੈਕਟਰੀਆਂ ਔਰ ਸਰਪੰਚਾਂ ਦੇ ਥਰੂ ਅਸੀਂ ਹਰੇਕ ਪਿੰਡ ਕੋਲੋਂ ਉਹਨਾਂ ਦਾ ਵਿਕਾਸ ਮਾਡਲ ਮੰਗਣਾ ਜਿਹੜਾ ਉਹ ਸਟਾਰਟ ਕੀਤਾ। ਸਰਪੰਚ ਜਿਹੜੇ ਆ ਉਹ ਆਪਣਾ ਵਿਕਾਸ ਮਾਡਲ ਦੱਸਦੇ ਕਿ ਉਹਨਾਂ ਦੇ ਪਿੰਡ 'ਚ ਕਿਹੜੇ ਕਿਹੜੇ ਡਿਪਾਰਟਮੈਂਟ ਦਾ ਕਿਹੜੇ ਕਿਹੜੇ ਕੰਮ ਦੀ ਜ਼ਰੂਰਤ ਆ। ਸੋ ਅਸੀਂ ਸਾਰੇ ਸਰਪੰਚਾਂ ਕੋਲੋਂ ਉਹਨਾਂ ਦਾ ਜਿਹੜਾ ਉਹ ਬਿਊਰਾ ਤਿਆਰ ਕਰ ਰਹੇ ਹਾਂ, ਪੂਰੇ ਜ਼ਿਲ੍ਹੇ ਦੇ ਜਿੰਨੇ ਵੀ ਪਿੰਡ ਆ ਉਹ ਆਪਣੇ ਆਪਣੇ ਕੰਮਾਂ ਦੀ ਡਿਵੈਲਪਮੈਂਟ ਦਾ ਜਾਇਜ਼ਾ ਦੇਣਗੇ, ਫਿਰ ਇੱਕ ਪੂਰੇ ਜ਼ਿਲ੍ਹੇ ਦਾ ਪਲਾਨ ਬਣ ਕੇ ਫਿਰ ਗੌਰਮੈਂਟ ਵੱਲੋਂ ਜਿਹੜਾ ਉਹ ਫੰਡ ਇਸ਼ੂ ਹੋਏਗਾ। ਉਹਦੇ ਨਾਲ ਕੀ ਹੋਏਗਾ ਕਿ ਚੀਜ਼ਾਂ ਜਿਹੜੀਆਂ ਨੀਚੇ ਗਰਾਊਂਡ ਹਕੀਕਤ 'ਤੇ ਜਿੱਥੇ ਪੈਸੇ ਦੀ ਜ਼ਰੂਰਤ ਆ, ਜਿਹੜੇ ਡਿਪਾਰਟਮੈਂਟ 'ਤੇ ਜਿਹੜੇ ਵਿਕਾਸ ਦੀ ਜ਼ਰੂਰਤ ਆ, ਉਹ ਜਿਹੜਾ ਉਹ ਅੱਛੇ ਤਰੀਕੇ ਨਾਲ ਹੋਏਗਾ। ਔਰ ਬਾਕੀ ਸਾਡੀ ਪੂਰੀ ਟੀਮ ਜਿਹੜੀ ਹੈਗੀ ਆ ਉਹ ਗਰਾਊਂਡ 'ਤੇ ਮੋਨੀਟਰਿੰਗ ਲਈ ਔਰ ਉਹ ਕੰਮ ਸਹੀ ਤਰੀਕੇ ਨਾਲ ਹੋ ਰਿਹਾ ਕਿ ਨਹੀਂ ਹੋ ਰਿਹਾ, ਉਹਦੇ ਲਈ ਹਮੇਸ਼ਾ ਅਸੀਂ ਗਰਾਊਂਡ 'ਤੇ ਜਿਹੜਾ ਉਹ ਚੈਕਿੰਗ ਲਈ ਅਵੇਲੇਬਲ ਰਵਾਂਗੇ। ਔਰ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਉਹਨਾਂ ਨੂੰ ਸਰਾਹਨਾ ਵੀ ਮਿਲੇਗੀ, ਔਰ ਜੇ ਕਿਸੇ ਨੇ ਕੁਤਾਹੀ ਕੀਤੀ ਆ ਤਾਂ ਉੱਤੇ ਬਣਦੀ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਜਾਏਗੀ।